अस्सलाम वालेकुम भाईजान। कौन बात कर रहे हैं जी? अच्छा 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 खुर्शीद साहब कैसे हैं? तबीयत ठीक है जी? अलमास बोल रहा हूँ, अलमास। हाँ अलमास बात कर रहा हूँ। वो मैं शादी हाल से बात कर रहा हूँ। आपकी बुकिंग थी ना जी कल शाम 5 बजे की? हाँ जी हाँ जी, हमारे शादी हाल में। वो असल में सर एक मसला हो गया, तो मैंने कहा कि मैं आपको पहले ही बता दूं जरा। वो बात ये जी, मुलतवी हो गया जी। मतलब शादी हाल च नहीं कर सकते, कुछ मसले मसायल बन गए इस वजह। मैं थानू पहले इतला दे दिया इस गल दी। कह रहे हो जनाब? और नहीं सर, गल सुनो गल सुनो। हां जी सुनाओ जी सुनाओ। तुसी अलमास साहब बोल रहे हो? हां जी ਬਾਈ, ਇਸ ਤਰ੍ਹਾਂ ਹੈ, ਮੇਰੀ ਵੱਡੀ ਸ਼ਾਹ ਉਹਨਾਂ ਨਾਲ ਗੱਲ ਸਾਰੀ ਹੋਈ ਆ। ਕਿਸੇ ਹੋਰ ਹਾਲ ਵਾਲੇ ਨੂੰ ਤੁਸੀਂ ਕੀਤਾ ਹੋਣਾ, ਮੇਰਾ ਤੇ ਫਰੰਟ ਵਾਲਾ ਹਾਲ ਨੀ ਜਿਹੜਾ, ਹਾਂਜੀ ਹਾਂਜੀ, ਤੁਹਾਡੇ ਜਨਰੇਟਰ ਦੇ ਨਾਲ ਦਾ, ਹਾਂਜੀ, ਉੱਥੇ ਆ। ਮੇਰੇ ਤੱਕ ਐਡਵਾਂਸ ਵਗੈਰਾ ਹੋਇਆ ਹੈ ਸਰ। ਸਰ ਮੇਰੀ ਗੱਲ ਸੁਣੋ, ਤੁਸੀਂ 1.5 ਲੱਖ ਰੁਪਏ ਐਡਵਾਂਸ ਦਿੱਤਾ ਸੀ? ਹਾਂਜੀ ਦਿੱਤਾ ਤਾਂ 1.5 ਲੱਖ ਹੀ। ਤੇ ਉਹੀ 1.5 ਲੱਖ ਰੁਪਏ ਮੇਰੇ ਸਾਹਮਣੇ ਆ, ਤੁਹਾਡਾ ਨਾਮ ਵੀ ਲਿਖਿਆ ਜਨਾਬ। ਤੁਹਾਨੂੰ ਹੀ ਕਿਹਾ ਗਿਆ, ਸ਼ਾਹ ਸਾਹਿਬ ਨੇ ਮੈਨੂੰ ਕਿਹਾ ਕਿ ਤੁਹਾਨੂੰ ਮੈਂ ਕਾਲ ਕਰਦੇ ਆ ਕਿ ਤੁਹਾਡਾ ਕੱਲ 5 ਵਜੇ ਫੰਕਸ਼ਨ ਨਹੀਂ ਹੋ ਰਿਹਾ। ਤੁਸੀਂ ਆਪਣਾ ਕਿਤੇ ਹੋਰ ਹੋ ਰਿਹਾ ਯਾਰ, ਅਸੀਂ ਪੁਰਾਣੇ ਸਾਰੇ ਸੱਦੇ, ਇਹ ਕੀ ਮਜ਼ਾਕ ਹੈ ਵੀ? ਸਰ ਜੀ ਮੈਂ ਕਹਿ ਰਿਹਾ ਕਿਤੇ ਹੋਰ ਅਰੇਂਜਮੈਂਟ ਕਰ ਲਓ, ਤੁਹਾਡੇ ਕੋਲ ਪੂਰੀ ਰਾਤ ਦਾ ਟਾਈਮ ਆ। ਰਾਤ ਦਾ ਟਾਈਮ ਆ ਸਰ, ਮੈਂ ਕਿਤੇ ਆਂਡੇ ਵੇਚਦਾ ਵੀ ਸਾਰੀ ਰਾਤ ਮੈਂ ਜਾਗ ਕੇ ਤੇ ਲੱਭਦਾ ਰਵਾਂਗਾ। ਕਮਾਲ ਹੋ ਗਈ ਤੁਹਾਡੇ, ਜਾਂ ਮੈਂ ਚੌਕੀਦਾਰ ਆ। ਮੈਨੂੰ ਇਹ ਦੱਸੋ ਕਿ ਮੈਂ, ਤੁਸੀਂ ਸ਼ਾਹ ਸਾਹਿਬ ਨਾਲ ਮੇਰੀ ਗੱਲ ਜ਼ਰਾ ਕਰਾਓ, ਤੁਹਾਡੇ ਕੋਲ ਨੇ? ਨਹੀਂ ਜੀ, ਸ਼ਾਹ ਸਾਹਿਬ ਸੁੱਤੇ, ਤਬੀਅਤ ਠੀਕ ਨਹੀਂ ਸੀ, ਆਪਣਾ ਮੋਬਾਈਲ ਬੰਦ ਕਰਕੇ ਸੌਂ ਗਏ। ਤੇ ਉਹ ਸਰ ਗੱਲ ਇਹ ਆ ਕਿ ਆਪਣੇ ਨਾ ਜਿਹੜਾ ਪਿੱਛੇ ਤੁਸੀਂ ਜਾਣਦੇ ਹੋਣਾ, ਨਵੀਦ ਸਾਹਿਬ ਜਿਹੜੇ, ਉਹਨਾਂ ਦੇ 39 ਦਿਨ ਪਹਿਲੇ ਫੌਤਗੀ ਹੋਈ ਸੀ ਨਾ। ਨਵੀਦ ਸਾਹਿਬ ਨਹੀਂ ਸੀਗੇ ਆਪਣੇ ਪਿੱਛੇ ਜਿਹੜੇ ਰਹਿੰਦੇ ਸੀ, ਉਹਨਾਂ ਦੀ ਹੋਈ ਸੀ ਫੌਤਗੀ। ਤੇ ਜੀ ਉਹ ਫਿਰ ਮਸਲਾ ਇਹ ਬਣਿਆ ਕਿ ਉਹ ਅੱਜ ਸਵੇਰੇ ਹੈਗਾ ਉਹਨਾਂ ਦਾ ਉਹ ਹੈਗਾ ਚਲੀਸਵਾਂ, ਤੇ ਚਲੀਸਵਾਂ ਜਿਹੜਾ ਆ ਉਹ ਫੌਤਗੀ ਤੇ ਹੋਈ ਉਹਨਾਂ ਨੂੰ ਹਫਤਾ ਹੋਇਆ, ਤੇ ਹਫਤੇ ਬਾਅਦ ਹੀ ਚਲੀਸਵਾਂ ਹੋਇਆ। ਇੰਨਾ ਛੋਟਾ ਉਹਨਾਂ ਨੇ ਕਰਤਾ? ਨਹੀਂ ਸਰ ਛੋਟਾ ਨਹੀਂ ਕੀਤਾ, ਤੁਹਾਡੇ ਸਮਝ ਨਹੀਂ ਆ ਰਹੀ। 39 ਦਿਨ ਹੋ ਗਏ ਫੌਤਗੀ ਨੂੰ, ਤੇ ਸਵੇਰੇ ਚਲੀਸਵਾਂ ਉਹਨਾਂ ਦਾ, ਤੇ ਉਹ ਚਾਹ ਰਹੇ ਕਿ ਚਲੀਸਵਾਂ ਆਵੇ ਤੇ ਇੱਥੇ ਕਿਸੇ ਕਿਸਮ ਦਾ ਹੱਲਾ ਗੋਲਾ। ਤੁਹਾਨੂੰ ਪਤਾ ਨਾ ਬੰਦੇ ਜਿਹੜਾ ਕੱਬੇ ਜਾਏ ਐਵੇਂ, ਤੁਹਾਨੂੰ ਵੀ ਕੁੱਟਣਗੇ ਸਾਨੂੰ ਵੀ ਕੁੱਟਣਗੇ, ਫਾਇਦਾ ਕੀ? ਲੈ ਮੈਨੂੰ ਕੁੱਟਣਗੇ ਸਰ, ਤੂੰ ਐਵੇਂ ਕੁੱਟਣਾ ਖਾ ਲੈਣਾ ਸਰ ਜੀ, ਨਾ ਇੱਦਾਂ ਕਰੋ ਤੁਸੀਂ, ਮਤਲਬ ਸ਼ੌਕੀਆਂ ਨਾ ਕਰੋ। ਸ਼ਾਹ ਜੀ ਜਾਣਦੇ ਹੋ ਤੁਸੀਂ, ਮੈਂ 1.5 ਲੱਖ ਤੁਹਾਨੂੰ ਕਿਸ ਚੀਜ਼ ਦਾ ਦਿੱਤਾ ਬਈ? ਸਰ ਜੀ ਤੁਸੀਂ ਦਿੱਤਾ ਹਾਲ ਦਾ ਤੇ ਰੋਟੀ ਦਾ। ਹਾਂ ਤੇ ਉਹ ਮੇਰਾ ਕੱਲ ਦਾ ਟਾਈਮ ਆ ਜਿਹੜਾ ਮੈਂ ਪਰਾਉਣਾ ਸਾਰਾ ਸੱਦਿਆ, ਜਿਹੜਾ ਮੇਰਾ ਫੰਕਸ਼ਨ ਆ ਉਹਦਾ ਤੁਸੀਂ ਕੋਈ ਮੁੱਲ ਸ਼ਰ ਨਹੀਂ ਪਾਉਂਦਾ, ਤਾਂ ਬਿਆਨਾ ਪੇਸ਼ਗੀ ਦਾ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ? ਤੁਸੀਂ ਮੇਰੇ ਰਾਤ ਨੂੰ ਪਰੇਸ਼ਾਨ ਕਰ ਰਹੇ ਹੋ। ਉਹ ਸਰ ਜੀ ਮੇਰੀ ਗੱਲ ਸੁਣੋ, ਜਿਹੜਾ ਤੁਹਾਡਾ 1.5 ਲੱਖ ਨਾ, ਹਾਂਜੀ ਉਹ ਤਾਂ ਸਮਝ ਲੁੱਕ ਗਿਆ, ਉਹ ਤਾਂ ਗਿਆ। ਤੁਸੀਂ ਚੁੱਪ ਕਰਕੇ ਇੱਥੇ ਗਲੀ 'ਚ ਤੰਬੂ ਸ਼ੰਬੂ ਲਾਓ ਤੇ ਆਪਣਾ ਨਿਜ਼ਾਮ ਚਲਾ ਲਓ, ਛੱਡੋ ਤੁਸੀਂ ਯਾਰ ਕੋਈ ਹਿਆਲ ਦੀਆਂ ਗੱਲਾਂ ਕਰੋ। 1.5 ਲੱਖ ਕਿੱਦਾਂ ਮੇਰਾ ਚਲਾ ਗਿਆ? ਮੈਂ ਹਰਾਮ ਕਮਾਉਂਦਾ, ਮੈਂ ਚਰਚ ਵੇਚਦਾ ਮੈਂ। ਭਾਈਜਾਨ ਗੱਲ ਸੁਣ ਲਓ, ਭਾਈਜਾਨ ਮੇਰੀ ਗੱਲ ਸੁਣੋ, ਤੁਸੀਂ ਮੇਰੀ ਸ਼ਾਹ ਸਾਹਿਬ ਨਾਲ ਗੱਲ ਕਰਾਓ। ਭਾਈਜਾਨ ਉਹ ਸੁੱਤੇ ਹੋਏ, ਉਹਨਾਂ ਦਾ ਮੋਬਾਈਲ ਵੀ ਬੰਦ ਆ। ਅੱਛਾ ਅਗਲੀ ਮੋਬਾਈਲ ਬੰਦ ਆ, ਸੁੱਤੇ ਮੇਰੀ, ਤੁਸੀਂ ਉਹਨਾਂ ਨਾਲ ਗੱਲ ਕਰਾਓ। ਕਮਾਲ ਆ ਯਾਰ, ਸੁਣੋ ਯਾਰ, ਮੈਨੂੰ ਤੁਸੀਂ ਬਰਾਦਰੀ ਚੋਂ ਵਿਜ਼ਿਟ ਕਰਵਾਉਣਾ, ਮੈਂ ਉਹ ਨਹੀਂ ਜਾਣਦਾ ਕੀ ਹੋਇਆ ਜਾਂ ਕੀ ਹੋਇਆ ਨੀ। ਮੈਂ ਤੁਹਾਨੂੰ ਪਹਿਲੇ ਹਾਲ ਦਾ ਐਡਵਾਂਸ ਦਿੱਤਾ, ਤੁਸੀਂ ਕਿਸੇ ਹੋਰ ਹਾਲ ਚ ਕਰੋ। ਚਾਰ ਤੁਹਾਡੇ ਕੋਲ ਹਾਲ ਆ, ਤੁਹਾਨੂੰ ਮੇਰਾ ਹੀ ਹਾਲ ਲੱਭਾ ਕਰਨਾ। ਭਾਈਜਾਨ ਮੈਂ ਇਹ ਨਹੀਂ ਚਾਹ ਰਿਹਾ ਕਿ ਤੁਹਾਡਾ ਹਾਲ ਬੁਰਾ ਹੋ ਜਾਵੇ, ਮਤਲਬ ਕਿ ਮੈਂ ਤੁਹਾਡਾ ਹਾਲ ਵੀ ਠੀਕ ਰਵੇ, ਸਾਡਾ ਮਤਲਬ ਸਾਡਾ ਦੋਵਾਂ ਦਾ ਹਾਲ ਰਾਣੇ ਨੇ ਨਾ ਬੁਰੇ ਕਰ ਦੇਣ, ਮਤਲਬ ਇਹ ਨਾ ਹਾਲ ਲੈਂਦੇ ਲੈਂਦੇ ਆਪਣੇ ਹਾਲ ਨੂੰ ਪੈ ਜੀ। ਗੱਲ ਮੇਰੀ ਸਾਰੀ ਸਮਝ ਰਹੇ ਹੋ ਤੁਸੀਂ? ਤੇ ਇਸ ਵਾਸਤੇ ਚੁੱਪ ਕਰਕੇ ਨਾ ਯਾਰ, ਮੈਨੂੰ ਉਹਨਾਂ ਦਾ ਕੀ ਭਾਰ ਆ ਬਈ, ਮੈਨੂੰ ਮੇਰਾ ਉਹਦੇ ਨਾਲ ਕੀ ਅਸਰ? ਮੈਂ ਤੁਹਾਨੂੰ ਪੈਸੇ ਦਿੱਤੇ, ਮੈਂ ਨਹੀਂ ਕਿਸੇ ਨੂੰ ਜਾਣਦਾ, ਮੈਨੂੰ ਕੱਲ ਹਾਲ ਚਾਹੀਦਾ। ਮੈਂ ਤੁਹਾਨੂੰ ਸਿਰਫ ਇਸ ਵਾਸਤੇ ਕਹਿ ਰਿਹਾ ਕਿ ਮਤਲਬ ਕਿ ਬੰਦਾ ਭੂਤਰਿਆ ਡਾਂਗਾ ਡੂੰਗਾ ਖਾ ਲੈਂਦਾ ਹੁੰਦਾ ਨਾ, ਮਤਲਬ ਤੁਸੀਂ ਉਹ ਨਾ ਹੋਵੇ ਕਿ ਮਤਲਬ ਕਿ ਤੁਹਾਡੇ ਪ੍ਰਾਹੁਣਿਆਂ ਸਾਹਮਣੇ ਸਿਰ ਸੁਰਪਾਟਾ ਆਵੇ ਤੁਹਾਡਾ, ਤੇ ਤੁਸੀਂ ਖਾਓ ਨਾ, ਤੁਸੀਂ ਖਾਓ ਡਾਂਗਾ ਖਾਓ, ਤੁਸੀਂ ਆਪ ਹਾਲ ਖਰਾਬ ਕੀਤਾ ਵਾ। ਮੈਂ ਤਾਂ ਰੋਟੀ ਖਵਾਉਣੀ ਆ ਉਹਨਾਂ ਨੂੰ, ਮੈਂ ਕਿੱਥੇ ਡਾਂਗਾ ਖਾਣਾ? ਤੁਸੀਂ ਇੱਦਾਂ ਕਰੋ, ਰੋਟੀ ਜਿਹੜੀ ਆ ਨਾ
ਉਹ ਤੁਹਾਡੇ ਕੋਲ ਨੀ ਜਿਹੜਾ ਪਾਰਕ ਤੁਹਾਡੇ ਘਰ ਦੇ, ਉਹ ਚ ਪਾਣੀ ਸੁੱਕ ਗਿਆ ਮੇਰੇ ਖਿਆਲ, ਅੱਧਾ ਕੁ ਸੁੱਕ ਗਿਆ ਹੋਣਾ ਤੇ ਅੱਧਾ ਕੁ ਹੈਗਾ, ਖੈਰ ਆ ਚਿੱਕੜ ਚੁੱਕੜ ਚ ਖਵਾ ਖੂ ਦਿਓ ਭਰਾ। ਮੇਰੇ ਬਰਾਤੀ ਡੱਡੂ ਆਉਣੇ ਆ ਕਿਤੇ, ਹੈ ਹੈ ਬਤਕਾ ਆਉਣੀਆਂ ਮੇਰੇ ਬਰਾਤੀ ਯਾਰ, ਤੂੰ ਬਜ਼ਾਰ ਕਰਨ ਲੱਗਿਆ ਯਾਰ, ਪਾਰਕ ਚ ਖਵਾ ਦਿਓ ਯਾਰ, 1.5 ਲੱਖ ਤੁਹਾਨੂੰ ਦਿੱਤਾ, ਮੇਰੇ ਨਾਲ ਕੱਲ ਦੀ ਮੇਰੇ ਨਾਲ ਗੱਲ ਨਾ ਕਰੋ, ਮੈਂ ਹੁਣੀ ਆ ਜਾਣਾ ਤੁਹਾਡੇ ਦਫ਼ਤਰ ਸ਼ਾਹ ਉਹਨਾਂ ਨੂੰ ਠਾ ਕੇ, ਕਿਹੜਾ ਤੂੰ ਲਮਾਸ ਆ ਗਿਆ, ਮੈਂ ਤੈਨੂੰ ਕਦੀ ਉੱਥੇ ਨਾ ਦੇਖਿਆ ਨਾ ਕੁਛ, ਤੂੰ ਕਿਤੇ ਕੀ ਤੂੰ ਕਰ ਰਿਹਾ ਇਸ ਟਾਈਮ ਮੇਰੇ ਨਾਲ। ਅੱਛਾ ਅਗਲੀ ਗੱਲ ਮੇਰੀ ਸੁਣ ਲਓ, ਹੁਣ ਇੱਕ ਕੰਮ ਹੋ ਸਕਦਾ ਵੈਸੇ, ਆਪਾਂ ਏਦਾਂ ਕਰੀਏ ਜਨਾਬ, ਇਹ ਕਰੀਏ ਕਿ ਮੈਂ ਉਹਨਾਂ ਨਾਲ ਕਰਦਾ ਗੱਲ, ਤੇ ਸਵੇਰੇ 8 ਵਜੇ ਨਾ ਮੈਂ ਉਹਨਾਂ ਦੇ ਘਰ ਜਾਣਾ, ਤੇ ਉਹਨਾਂ ਨੂੰ ਮੈਂ ਕਹਿਣਾ ਹੈ ਇਹ ਗੱਲ ਕਿ ਜੀ ਜਿਹੜੇ ਆਪਣੇ ਬੁਕਿੰਗ ਜਿਹਨਾਂ ਦੀ ਹੋਈ ਹੈ ਯਾਰ, ਉਹਨਾਂ ਦੀ ਮੇਰੀ ਜਿਹੜੀ ਗੱਲ ਸੁਣੋ, ਮੇਰੀ ਗੱਲ ਸੁਣੋ ਹਾਂਜੀ, ਦੇਖੋ ਅਸੂਲ ਕੀ ਹੁੰਦਾ, ਜੇ ਤੁਹਾਨੂੰ ਐਡਵਾਂਸ ਦਿੱਤਾ, ਤੁਹਾਡੀ ਗੱਲ ਉਹਨਾਂ ਨਾਲ, ਅਸੀਂ ਹਫ਼ਤਾ ਪਹਿਲੇ 1.5 ਲੱਖ ਰੁਪਇਆ ਤੁਹਾਨੂੰ ਦਿੱਤਾ, ਬਿਲਕੁਲ ਠੀਕ ਹੈ ਨਾ, ਕੋਈ 1.5 ਰੁਪਇਆ ਨੀ ਦਿੱਤਾ ਤੁਹਾਨੂੰ ਅੱਲਾ ਦੇ ਨਾਂ ਤੇ ਕਿ ਜਾਓ ਭਾਈ ਮਾਫ਼ ਕਰੋ ਤੇ 1.5 ਰੁਪਇਆ ਲੈ ਜਾਓ, 1.5 ਲੱਖ ਰੁਪਇਆ ਵਾ, ਹਾਂਜੀ ਸਮਝ ਆਈ ਹੈ, ਪੇਸ਼ਗੀ ਬਿਆਨਾ ਆਇਆ ਵਾ, ਇਹਦਾ ਮਤਲਬ ਆ ਕਿ ਤੁਸੀਂ ਜਿਸ ਤਰ੍ਹਾਂ ਵੀ ਕਰਨਾ ਹੈ ਤੁਸੀਂ ਕਰਨਾ, ਸਾਨੂੰ ਉਹਦੇ ਨਾਲ ਕੋਈ ਲੜਾਈ ਨਹੀਂ। ਮੇਰੀ ਗੱਲ ਸੁਣ, ਬਿਆਨੇ ਬੂਨੇ ਦਿੱਤੇ ਵੀ ਜਾਂਦੇ ਹੁੰਦੇ ਆ, ਮਰ ਵੀ ਜਾਂਦੇ ਹੁੰਦੇ ਆ, ਤੁਸੀਂ ਅਗਲੀ ਮੇਰੀ ਗੱਲ ਸੁਣ ਲਓ ਇੱਕ ਮਿੰਟ। ਅੱਛਾ ਫਿਰ ਤੁਹਾਡੇ ਵਰਗੇ ਵੀ ਮਰ ਜਾਂਦੇ ਹੁੰਦੇ, ਤੁਹਾਡੇ ਵਰਗੇ ਕੋਈ ਸਟੇਅਰ ਹੀ ਲੈ ਕੇ ਆਏ ਇੱਥੋਂ, ਸਮਝ ਆਈ? ਠੀਕ ਹੈ। ਅੱਛਾ ਮੇਰਾ ਬਲੱਡ ਪ੍ਰੈਸ਼ਰ ਚੱਕਦਾ ਹੈ ਐਵੇਂ, ਬਲੱਡ ਪ੍ਰੈਸ਼ਰ ਆਪਣਾ ਬਿਲਕੁਲ ਥੱਲੇ ਨੂੰ ਲਾਇਆ ਐਵੇਂ, 60 ਕਿਤੇ ਲਾਇਆ ਐਵੇਂ, ਜਿੱਡਾ ਕਿ ਬੰਦਾ ਸਲੋ ਗੱਡੀ ਨੀ ਜਿੰਨੀ ਕੁ ਚਲਾਉਂਦਾ ਸਾਡੀ ਸਪੀਡ ਤੇ, ਇੰਨੇ ਕੁ ਬਲੱਡ ਪ੍ਰੈਸ਼ਰ ਥੱਲੇ ਲਾਇਆ। ਤੇ ਅਗਲੀ ਗੱਲ ਸੁਣ ਲਓ ਮੇਰੀ, ਮੈਂ ਸਵੇਰੇ 8 ਵਜੇ ਜਾਣਾ ਉਹਨਾਂ ਦੇ ਘਰ, ਮੈਂ ਕਹਿੰਦਾ ਜਨਾਬ ਅਗਲੀ ਪਾਰਟੀ ਵੀ ਬੜੀ ਤੱਤੀ ਹੈ, ਤੇ ਤੁਸੀਂ ਏਦਾਂ ਕਰੋ ਤੁਹਾਡੇ ਜਿਹੜੇ ਪ੍ਰਾਹੁਣੇ ਆਉਣੇ ਆ ਉਹਨਾਂ ਦੀ ਰੋਟੀ ਵੀ ਅਗਲੇ ਖਵਾ ਦਿੰਦੇ, ਤਾਂ ਉਹਨਾਂ ਦਾ ਮੂੰਹ ਹੋਜੂਗਾ ਬੰਦ, ਤੇ ਚੁੱਪ ਕਰਕੇ ਨਾਲ ਰੋਟੀ ਖਵਾ ਦਿਓ, ਤੁਹਾਡਾ ਵੀ ਸਰਜੂ, ਉਹਨਾਂ ਦਾ ਵੀ ਸਰਜੂ, ਨਾ ਤੁਹਾਡਾ 1.5 ਲੱਖ ਮਰੂਗਾ, ਤੁਹਾਡਾ ਕੀ ਯਾਰ, ਕਿਹੜਾ ਸ਼ੁਗਰ ਮੇਲਾ ਸਰ ਜੀ, ਉਹ ਬਰਾਦਰੀ ਕੋਈ ਵੱਡੀ ਨਹੀਂ ਹੈ, ਉਹਨਾਂ ਦੇ ਪ੍ਰਾਹੁਣੇ ਕੋਈ ਬਹੁਤੇ ਨਹੀਂ ਹੋਣੇ ਇੰਨੇ, ਮੇਰਾ ਉਹਨਾਂ ਨਾਲ ਕੀ ਤਾਲਕ ਹੈ? ਮੈਂ ਕਹਿ ਰਿਹਾ ਮਤਲਬ ਕਿ ਮੈਂ ਤਾਂ ਤੁਹਾਡਾ ਕੰਪਰੋਮਾਈਜ਼ ਕਰਵਾ ਰਿਹਾ ਨਾ, ਆਪਾਂ ਸਲੂਕ ਯਾਰ, ਮੈਨੂੰ ਕੱਲ ਹਾਲ ਚਾਹੀਦਾ ਵਾ, ਤੁਸੀਂ ਮੇਰੀ ਸ਼ਾਹ ਸਾਹਿਬ ਨਾਲ ਗੱਲ ਕਰਾਓ ਯਾਰ। ਯਾਰ ਸ਼ਾਹ ਸਾਹਿਬ ਨਹੀਂ ਗੱਲ ਕਰ ਸਕਦੇ, ਉਹ ਕੀ ਉਹਨਾਂ ਨੂੰ ਹੋ ਗਿਆ, ਲਕਵਾ ਹੋ ਗਿਆ ਉਹਨਾਂ ਨੂੰ, ਗੱਲ ਨਹੀਂ ਉਹ ਕਰ ਸਕਦੇ, ਗੱਲ ਨਹੀਂ ਕਰ ਸਕਦੇ, ਇੱਕੋ ਗੱਲ ਕਰੀ ਜਾਂਦਾ, ਮਰ ਗਏ ਨੇ ਉਹ ਸਰ ਜੀ, ਉਹ ਸੁੱਤੇ ਹੋਏ ਨੇ ਦਵਾਈ ਖਾ ਕੇ ਸੁੱਤੇ ਹੋਏ ਨੇ। ਤੇ ਦੂਸਰੀ ਗੱਲ ਸੁਣੋ, ਉਹਨਾਂ ਦੇ ਕਿਹੜਾ ਪ੍ਰਾਹੁਣੇ ਕਿਤੇ ਬਹੁਤੇ ਆਉਣੇ, 2500-2600 ਬੰਦਾ ਆਇਆ ਉਹਨਾਂ ਦਾ ਸਾਰਾ, ਤੇ ਉਹਨਾਂ ਨੂੰ ਵੀ ਨਾਲ ਰੋਟੀ ਖਵਾ ਦੇਣਾ, ਤੁਹਾਡਾ ਵੀ 300-400 ਬੰਦਾ ਆ, ਬੰਦਾ ਸਾਰਾ ਬਣਨਾ 2900, 2900 ਦਾ ਬਿੱਲ, 2500-2600 ਬੰਦਾ ਉਹਨਾਂ ਦਾ ਉਹ ਬਰਾਦੀਆਂ ਲੂਮਾਂ ਮਰ ਗਈਆਂ, ਹੈ ਫੈਕਟਰੀਆਂ ਮਰ ਗਈਆਂ ਉਹਨਾਂ ਦੀਆਂ, ਸਾਰਾ ਮਜ਼ਦੂਰ ਮੇਰੇ ਤੇ, ਉਹ ਕਿਹੜਾ ਤੂੰ ਸ਼ੁਗਲ ਮਿਲਾ, ਛੱਡ ਯਾਰ, ਖੁਦਾ ਦਾ ਵਾਸਤਾ ਮੈਂ ਸਵੇਰੇ ਤੁਹਾਡੇ ਦਫ਼ਤਰ ਆਉਣਾ, ਪਾਗਲ ਨਾ ਹੋ ਗਿਆ ਸਰ। ਗੱਲ ਸੁਣੋ ਕਰ ਰਿਹਾ ਸਰ, ਤੁਹਾਡੇ ਮਾਮੂ ਨੇ ਨੰਬਰ ਦਿੱਤਾ ਸੀ ਮੈਨੂੰ, ਉਹ ਕਹਿੰਦੇ ਸੀ ਜਨਾਬ ਇਹਨਾਂ ਨੂੰ ਜਿਹੜਾ ਨਾ ਤੁਸੀਂ ਪਾਪੜ ਬਣਾਉਣਾ, ਤੇ ਤੁਹਾਡੇ ਨਾਲ ਇੱਕ ਛੋਟਾ ਜਿਹਾ ਸ਼ੁਗਲ ਕੀਤਾ, ਧਮਾਲ FM 94 ਤੋਂ ਇਜਾਜ਼ ਅਹਿਮਦ ਗੱਲ ਕਰ ਰਿਹਾ, ਕੋਈ ਜ਼ਰੂਰਤ ਨਹੀਂ ਹੈਗੀ ਟੈਨਸ਼ਨ ਲੈਣ ਦੀ, ਤੁਹਾਡਾ ਜਿਹੜਾ ਸ਼ੋ ਜਿਹੜਾ ਤੁਹਾਡਾ ਹੈਗਾ ਆਪਣਾ ਫੰਕਸ਼ਨ, ਉਹ ਕੱਲ ਨੂੰ 4 ਵਜੇ 5 ਵਜੇ ਹਰ ਹਾਲ ਚ ਹੋਊਗਾ, ਪਰੇਸ਼ਾਨ ਨਾ ਹੋਵੋ ਤੇ ਰਿਲੈਕਸ ਰਹੋ ਤੇ ਠੰਡਾ ਪਾਣੀ ਪੀਓ ਤੇ ਮੌਜਾ ਮਾਣੋ ਸੌਵੋ, ਠੀਕ ਹੈ ਜੀ? ਇੱਕਦਮ ਮੇਰੇ ਤੇ ਚੜ ਗਏ, ਕੀ ਗੱਲ, ਤੁਹਾਡੀ ਕਾਲ ਵੀ ਸੁਣਨ ਡਿਆ ਆ? ਅੱਛਾ, ਉਹ ਤੁਹਾਡੀ ਕਾਲ ਵੀ ਸੁਣਨ ਡਿਆ, ਤੇ ਮੈਨੂੰ ਫੋਨ ਕੀਤਾ ਸੀ, ਕਹਿੰਦੇ ਸੀ ਵੀ ਕਦੋਂ ਕੋਲ ਕਾਲ ਕਰਨੀ, ਮੈਂ ਕਿਹਾ ਜੀ ਹੁਣ ਮੈਂ ਬਸ ਕਰਨ ਲੱਗਾ, ਉਹ ਕਹਿੰਦੇ ਸੀ 5-7 ਬੰਦੇ ਬਹਿ ਕੇ ਸੁਣ ਰਹੇ, ਮਜ਼ਾ ਲੈਣਾ ਤੁਹਾਡਾ ਉਹਨਾਂ ਨੇ, ਉਹ ਤੁਹਾਨੂੰ ਤੁਸੀਂ ਨਾ ਫੋਨ ਬੰਦ ਕਰਕੇ ਤੇ ਉਹਨਾਂ ਦਾ ਉਹਨਾਂ ਨੂੰ ਫੋਨ ਕਰੀ, ਉਹਦਾ ਹੱਸਦੇ ਹੋਣੇ ਸਾਰੇ ਤਰ੍ਹਾਂ ਨਾ, ਉਹਨਾਂ ਨੇ ਮੇਰਾ ਕਦਾ ਮਜ਼ਾ ਲੈਣਾ, ਮੈਂ ਇੱਥੋਂ ਗੋਸ਼ਟ ਸੁੱਟਦਾ ਫੋਨ ਚ, ਮੇਰਾ ਮਜ਼ਾ ਲੈਣਾ ਹੈ, ਮੈਂ ਮੱਛੀ ਸੁੱਟਦਾ, ਮਜ਼ਾ ਲੈਣਾ ਇਹਦਾ। ਅੱਛਾ ਜੀ, ਬਦਤਮੀਜ਼ੀ ਹੈ। ਅੱਛਾ, ਤੁਸੀਂ ਹੁਣ ਇੱਕ ਕੰਮ ਕਰਨਾ ਮੇਰੇ ਨਾਲ ਰਲ ਕੇ, ਤੁਸੀਂ ਜਨਾਬ ਕਹਿਣਾ ਪਾਪੜ ਕਰਾਰੇ, ਕਿਉਂਕਿ ਤੁਹਾਨੂੰ ਪਾਪੜ ਬਣਾ ਦਿੱਤਾ ਅਸੀਂ, ਠੀਕ ਹੈ ਜੀ?
ਤੁਸੀਂ ਹੁਣ ਕਵੋ ਜਨਾਬ ਪਾਪੜ ਕਰਾਰੇ ਕਿਉਂ ਹੁਣ ਮੈਂ ਕਵਾਂ ਤੁਸੀਂ ਇੰਨਾ ਕੁਛ ਮੈਂ ਕਹਿੰਦਾ ਕਹਿ ਦਿਓ ਕਿਤੇ 2900 ਬੰਦੇ ਨੂੰ ਰੋਟੀ